ਰਾਮ ਲਾਲ ਦੀ ਕਹਾਣੀ ਤੂਫਾਨ ਦਾ ਬਾਕੀ ਦਾ ਹਿੱਸਾ ਸੁਖਵੰਤ ਨੇ ਮਹਿਸੂਸ ਕੀਤਾ ਉਹਦੀ ਸੱਸ ਨੂੰ ਘਰੇ ਕੱਲਿਆਂ ਰਹਿ ਜਾਣਾ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਹਰ ਪਲ ਅੱਖਾਂ ਸਾਹਮਣੇ ਰੱਖਣਾ ਚਾਹੁੰਦੀ ਹੈ ਪਰ ਉਹ ਆਪਣੇ ਪਤੀ ਨਾਲ ਬਾਹਰ ਨਿਕਲ ਆਏ ਬਿਆਨ ਸਿੰਘ ਨੇ ਸ਼ਹਿਰ ਜਾਣ ਲਈ ਇੱਕ ਲੰਮਾ ਰਾਹ ਫੜਿਆ ਚੌੜੀ ਤੇ ਲੰਮੀ ਰਿੰਗ ਰੋਡ ਉੱਤੇ ਕਈ ਹੋਰ ਗੱਡੀਆਂ ਵੀ ਫੁੱਲ ਸਪੀਡ ਤੇ ਦੌੜੀਆਂ ਜਾ ਰਹੀਆਂ ਸਨ ਹਵਾ ਬੜੀ ਚੰਗੀ ਲੱਗੀ ਖੁੱਲੀ ਠੰਡੀ ਤਾਜ਼ੀ ਹਵਾ ਉਨੇ ਸਕੂਟਰ ਪਿੱਛੇ ਬੈਠੀ ਨੇ ਆਪਣੇ ਉੱਡਦੇ ਹੋਏ ਦੁਪੱਟੇ ਨੂੰ ਚੰਗੀ ਤਰ੍ਹਾਂ ਆਪਣੀ ਧੌਣ ਤੋਂ ਵਾਲੇ ਲਪੇਟ ਲਿਆ ਬਿਆੰਤ ਨੇ ਸਕੂਟਰ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਹੋਇਆਂ ਗਰਦਨ ਭੁਆ ਕੇ ਕਿਹਾ ਮੱਖਣੋ ਆਪਣੀਆਂ ਬਾਹਾਂ ਸਾਡੇ ਦੁਆਲੇ ਕੱਸ ਲਓ ਕਿਤੇ ਉੱਡੀ ਨਾ ਜਾਇਓ ਦੱਸ ਰਿਆਂ ਸੁਖਵੰਤ ਨੇ ਇੰਜ ਹੀ ਕੀਤਾ ਉਹਦੋਂ ਬੜੀ ਖੁਸ਼ ਨਜ਼ਰ ਆ ਰਹੀ ਸੀ ਹੁੰਝ ਵੀ ਆਪਣੇ ਆਦਮੀ ਦੇ ਪਿੱਛੇ ਬੈਠ ਕੇ ਸਕੂਟਰ ਤੇ ਕਿਤੇ ਜਾਣਾ ਉਹਨੂੰ ਬੜਾ ਚੰਗਾ ਲੱਗਦਾ ਸੀ ਉਦੀ ਮਜਬੂਤ ਕਾਠੀ ਉਸ ਲਈ ਢਾਲ ਜੀ ਬਣ ਜਾਂਦੀ ਜਿਸ ਨਾਲ ਚਿਪਕ ਕੇ ਉਹਦੀ ਪਿੱਠ ਤੇ ਸਿਰ ਟਿਕਾ ਦੇਣ ਵਿੱਚ ਉਹਨੂੰ ਥਾ ਸ਼ਾਂਤੀ ਪ੍ਰਾਪਤ ਹੁੰਦੀ ਸੀ ਉਹਨੂੰ ਸਿਰਫ ਉਹਦੀਆਂ ਗੱਲਾਂ ਤੇ ਗੱਲਾਂ ਵਿੱਚ ਲੇਤੀ ਜੇ ਦਰਜੇ ਦੇ ਅਲੰਕਾਰ ਕਤਈ ਨਹੀਂ ਸੀ ਪਾਉਂਦੇ ਪਰ ਉਹਨਾਂ ਅਲੰਕਾਰਾਂ ਤੋਂ ਬਚਿਆ ਵੀ ਤਾਂ ਨਹੀਂ ਸੀ ਜਾ ਸਕਦਾ ਸਿਨੇਮਾ ਹਾਲ ਚ ਬਿਆਨ ਸਿੰਘ ਪੁੱਲਰ ਹੋਰਾਂ ਦਾ ਇਹੋ ਹਾਲ ਰਹਿੰਦਾ ਉੱਪਰਲੇ ਦਰਜੇ 'ਚ ਬੈਠ ਕੇ ਸਸਤੀ ਕਿਸਮ ਦੇ ਦਰਸ਼ਕਾਂ ਵਾਂਗ ਫਿਲਮ ਦੇਖਦਾ ਸੀ ਰੋਪ ਦਾ ਡਾਇਲੌਗ ਸੁਣ ਕੇ ਤਾੜੀਆਂ ਮਜਾਉਣ ਲੱਗ ਪੈਂਦਾ ਰੋਮਾਂਟਿਕ ਜਾਂ ਉਤੇਜਨਾ ਭਰਪੂਰ ਦ੍ਰਿਸ਼ਾਂ ਨੂੰ ਵੇਖ ਕੇ ਹਾਏ ਹਾਏ ਕਹਿ ਉੱਠਦਾ ਇਹ ਉਹਦੇ ਵਿਸ਼ੇਸ਼ ਸ਼ੌਕ ਸਨ ਉਹ ਮੁਰਲੀਆ ਸੀਟਾਂ ਤੇ ਬੈਠੇ ਦਰਸ਼ਕਾਂ ਵਾਂਗ ਨੱਚ-ਨੱਚ ਕੇ ਗਾਉਂਦੀ ਹੋਈ ਹਿਰਨ ਉੱਤੇ ਪਾਣ ਵੀ ਸੁੱਟ ਸਕਦਾ ਸੀ ਜੇ ਕਿਤੇ ਉਹ ਸਕਰੀਨ ਲਾਗੇ ਬੈਠਾ ਹੁੰਦਾ ਹਨੇਰੇ ਦਾ ਲਾਭ ਉਠਾ ਕੇ ਉਹ ਕਈ ਵਾਰੀ ਉਹਨੂੰ ਦਬੋਚ ਵੀ ਲੈਂਦਾ ਉਸ ਦਿਨ ਸੁਖਵੰਦ ਨੇ ਉਹਨੂੰ ਕਿਸੇ ਗੱਲ ਤੋਂ ਨਾ ਰੋਕਿਆ ਉਹ ਬੜੇ ਸਬਰ ਨਾਲ ਉਹਦੇ ਹਰੇਕ ਹਰਕਤ ਨੂੰ ਬਰਦਾਸ਼ਤ ਕਰਦੀ ਰਹੀ ਉਹ ਜੋ ਸੋਚ ਰਹੀ ਸੀ ਕਿ ਉਹ ਆਪਣੇ ਆਦਮੀ ਦੀਆਂ ਆਤਾਂ ਨੂੰ ਕਿੰਜ ਬਦਲ ਸਕਦੀ ਹੈ ਉਸ ਵਿੱਚ ਇਹ ਜੀ ਕੀ ਕਮੀ ਹੈ ਕਿ ਉਹ ਸਾਰੇ ਹੱਦ ਬੰਨੇ ਟੱਪ ਜਾਂਦਾ ਹੈ ਠੀਕ ਹੈ ਉਹਦੇ ਪਲਨ ਪਰਵਾਨ ਚੜਨ ਜੋ ਉਹਦੇ ਜੱਦੀ ਪਿੰਡ ਦੇ ਮਾਹੌਲ ਦਾ ਬੜਾ ਵੱਡਾ ਹੱਥ ਸੀ ਪਰ ਪਿੰਡਾਂ 'ਚ ਜੰਮੇ ਪਲੇ ਸਾਰੇ ਲੋਕ ਅਜਿਹੇ ਤਾਂ ਨਹੀਂ ਹੁੰਦੇ ਉਹਨੇ ਆਪਣੀ تعلیم ਦਾ ਇੱਕ ਹਿੱਸਾ ਦਿੱਲੀ ਵਰਗੇ ਸ਼ਹਿਰ 'ਚ ਰਹਿ ਕੇ ਵੀ ਤਾਂ ਪੂਰਾ ਕੀਤਾ ਤੇ ਉਸੇ ਸ਼ਹਿਰ 'ਚ ਉਹਨੂੰ ਇੱਕ ਮناسب ਨੌਕਰੀ ਵੀ ਮਿਲੀ ਹੋਈ ਹੈ ਫਿਰ ਸ਼ਾਇਦ ਇਸ ਲਈ ਕਿ ਉਹਦੀ ਆਪਣੀ ਕੋਈ ਭੈਣ ਨਹੀਂ ਉਹਨਾਂ ਦੇ ਖਾਨਦਾਨ ਚ ਚਾਚੇ ਜਾਈਆਂ ਤਾਏ ਜਾਈਆਂ ਭੂਆ ਜਾਈਆਂ ਤੇ ਮਾਸੀ ਜਾਈਆਂ ਭੈਣਾਂ ਦੀ ਵੀ ਕਮੀ ਸੀ ਇਹ ਕਮੀ ਸੁਖਵੰਤ ਨੇ ਵੀ ਉਸ ਘਰ ਜਾ ਕੇ ਮਹਿਸੂਸ ਕੀਤੀ ਸੀ ਉਹਦੀ ਝੋਲੀ ਚ ਇੱਕ ਅਜਾਈ ਨਿਮਤ ਬਣ ਕੇ ਡਿੱਗੀ ਸੀ ਜਿਹਦੀ ਸ਼ਾਇਦ ਉਹਨੂੰ ਉਮੀਦ ਨਹੀਂ ਸੀ ਉਹਨੇ ਆਪਣੇ ਵਤੀਰੇ ਉੱਤੇ ਵੀ ਗੌਰ ਕੀਤਾ ਉਹ ਇੱਕ ਸੁਭਾਈ ਰਾਜਤਾਨੀ ਚ ਪੜ ਕੇ ਵੱਡੀ ਹੋਈ ਸੀ ਉਹਦੀ تعلیم ਤੇ ਤਰਬੀਅਤ ਇੱਕ ਅਜੇ ਮਾਹੌਲ ਥੋਈ ਸੀ ਜਿੱਥੇ ਮੁੰਡੇ ਤੇ ਕੁੜੀਆਂ ਦਾ ਇੱਕ ਦੂਜੇ ਨਾਲ ਮਿਲਣਾ ਜੁਲਣਾ ਕੋਈ ਅਜੀਬ ਜਾਂ ਖਾਸ ਗੱਲ ਨਹੀਂ ਹੁੰਦੀ। ਉਹਦੇ ਡੈਡੀ ਰਿਟਾਇਰਡ ਜੱਜ ਸਨ ਜਿਨ੍ਹਾਂ ਦੇ ਸੁਭਾਅ 'ਚ ਸ਼ਾਂਤੀ, ਦ੍ਰਿੜਤਾ, ਸੰਜੀਦਗੀ ਤੇ ਚਿੰਤਨ ਕੁੱਟਕੁੱਟ ਕੇ ਭਰਿਆ ਹੋਇਆ ਸੀ। ਉਹ ਆਪਣੇ ਤਿੰਨਾਂ ਭਰਾਵਾਂ ਤੇ ਚਾਰ ਭੈਣਾਂ ਨਾਲੋਂ ਛੋਟੀ ਸੀ। ਆਠ ਤੇ ਅਦਬ ਦੇ ਸ਼ੌਕ ਨੇ ਉਸ ਅੰਦਰਲੀ ਉਸ ਸ਼ੌਕੀ ਨੂੰ ਹੀ ਕਰਸਾ ਪਹਿਲਾਂ ਖਤਮ ਕਰ ਦਿੱਤਾ ਸੀ। ਜਿਹੜੀ ਉਹਨੂੰ ਸਭ ਤੋਂ ਨਿੱਕੀ ਤੇ ਸਭ ਦੀ लाਡਲੀ ਹੋਣ ਸਦਕਾ ਸਹਿਜ ਸੁਭਾਅ ਮਿਲ ਗਈ ਸੀ। ਸ਼ਾਦੀ ਪਿਛੋਂ ਉਹਨੂੰ ਜਿਸ ਤਰ੍ਹਾਂ ਦੇ ਤਜਰਬਿਆਂ 'ਚੋਂ ਲੰਘਣਾ ਪੈ ਰਿਹਾ ਹੈ ਉਹਨਾਂ ਦੀ ਉਹਨੇ ਪਹਿਲਾਂ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਉਹਦੀ ਸਮਝ ਹੀ ਨਹੀਂ ਸੀ ਆ ਰਿਹਾ ਕਿ ਆਪਣੇ ਆਪ ਨੂੰ ਉਸ ਨਵੇਂ ਮਾਹੌਲ 'ਚ ਕਿੰਜ ਸੈੱਟ ਕਰੇ ਜਿਹੜਾ ਇਸ ਘਰ ਦੀ ਦੇਣ ਹੈ ਇਹ ਘਰ ਬੜਾ ਆਰਾਮ ਦੇ ਹੈ ਪਰ ਹੈਰਾਨੀ ਦੀ ਹੱਦ ਤੱਕ ਸੁਨਾ ਸੁਨਾ ਵੀ ਇਸ ਛਿੱਕ ਵਿਧਵਾ ਸੱਸ ਹੈ ਜਿਹੜੀ ਆਪਣੇ ਖੁਸ਼ਹਾਲ ਵਜੂਦ ਦੇ ਬਾਵਜੂਦ ਵੀ ਖੌਫਨਾਕ ਬੁੱਢਾਪੇ ਦੀ ਪਰਛਾਈਂ ਵਧੇਰੇ ਲੱਗਦੀ ਹੈ ਉਹਦਾ ਛੋਟਾ ਪੁੱਤਰ ਪੰਜਾਬ ਦੇ ਇੱਕ ਜ਼ਿਲ੍ਹਾ ਸ਼ਹਿਰ 'ਚ ਟਰੱਕਾਂ ਦੇ ਸਪੇਅਰ ਪਾਰਟਸ ਦੀ ਇੱਕ ਨਿੱਕੀ ਜੀ ਦੁਕਾਨ ਕਰਦਾ ਹੈ। ਉਹਦਾ ਵੱਡਾ ਪੁੱਤਰ ਸਰਕਾਰੀ ਨੌਕਰੀ ਹੈ ਇੱਕ ਜ਼ਿੰਮੇਵਾਰ ਅਹੁਦੇ ਤੇ ਲੱਗਿਆ ਹੋਣ ਦੇ ਬਾਵਜੂਦ ਨਿੱਜੀ ਜੀਵਨ 'ਚ ਬੜਾ ਹਲਕਾ ਸਿੱਧ ਹੋਇਆ ਜਿਵੇਂ ਉਹਦੇ ਲੜਕਪਨ ਦੀ ਉਮਰ ਲੋੜ ਨਾਲੋਂ ਵੱਧ ਲੰਮੀ ਹੋ ਗਈ ਹੋਵੇ। ਉਹ ਰਾਤ ਨੂੰ ਘਰ ਪਹੁੰਚੇ ਭੁੱਲਰ ਹਮੇਸ਼ਾ ਵਾਂਗ ਸ਼ੋਕ ਹੋਇਆ ਹੋਇਆ ਸੀ। ਆਪਣੇ ਫਲੈਟ ਦੇ ਦਰਵਾਜ਼ੇ ਉੱਤੇ ਉਹਨੇ ਸੁਖਵੰਤ ਨੂੰ ਦਬੋਚ ਲਿਆ ਸੀ। ਪੀੜ ਨਾਲ ਉਹਦੇ ਅਥਰੂ ਨਿਕਲ ਆਏ ਸਨ ਤੇ ਉਹਦੀ ਚੀਕ ਭੁੱਲਰ ਦੀ ਮਾਂ ਨੇ ਵੀ ਜ਼ਰੂਰ ਸੁਣੀ ਹੋਵੇਗੀ। ਜਦੋਂ ਅੰਦਰ ਪਹੁੰਚੇ ਬੇਬੇ ਬੇहद ਉਦਾਸ ਨਜ਼ਰ ਆ ਰਹੀ ਸੀ ਉਹਦੇ ਹੱਥ 'ਚ ਇੱਕ ਤਾਰ ਫੜੀ ਸੀ ਜਿਹਦਾ ਮਜਬੂਰ ਉਹਨੇ ਕਿਸੇ ਗਵੰਡੀ ਤੋਂ ਪੜਵਾ ਲਿਆ ਸੀ ਬਿਆਨ ਸਿੰਘ ਤੇ ਸੁਖਵੰਤ ਤਾਰ ਪੜ ਕੇ ਹੱਕੇ ਬੱਕੇ ਰਹਿ ਗਏ ਬਿਆਨ ਸਿੰਘ ਦੇ ਛੋਟੇ ਭਰਾ ਸੁਤਵੰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤਾਰੋ ਦੀ ਪਤਨੀ ਬਲਜੀਤ ਕੌਰ ਨੇ ਦਿੱਤਾ ਸੀ ਕਿ ਬੇਬੇ ਨੂੰ ਫੌਰਨ ਭੇਜ ਦਿੱਤਾ ਜਾਏ ਸੁਖਵੰਤ ਜਦੋਂ ਪਿਛਲੀ ਵਾਰੀ ਜਲੰਧਰ ਗਈ ਸੀ ਤਾਂ ਉਹਨੇ ਆਪਣੇ ਦਿਓਰ ਦੀਆਂ ਸਰਗਰਮੀਆਂ ਨੂੰ ਖਾਸ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਿਆ ਸੀ ਇੱਕ ਤਾਂ ਬਹੁਤ ਸਾਰੇ ਅਖਬਾਰ ਰਸਾਲੇ ਪੜ੍ਹਨ ਲੱਗ ਪਿਆ ਸੀ ਤੁਜਾ ਕਈ ਲੋਕੋ ਨੂੰ ਰਾਤ ਨੂੰ ਲੁਕ ਛੁਪ ਕੇ ਮਿਲਣ ਆਉਂਦੇ ਸੀ ਜਿਨ੍ਹਾਂ ਨਾਲ ਉਹ ਲੰਮੀਆਂ ਲੰਮੀਆਂ ਸਿਆਸੀ ਬਹਿਸਾਂ ਵੀ ਕਰਦਾ ਸੀ ਤੇ ਉਹਨਾਂ ਨੂੰ ਚੰਦਾ ਵੀ ਦਿੰਦਾ ਸੀ ਜਲੰਧਰ ਲਈ ਆਖਰੀ ਗੱਡੀ ਨਿਕਲ ਚੁੱਕੀ ਸੀ ਰਾਤ ਨੂੰ ਕੋਈ ਬੱਸ ਵੀ ਪੰਜਾਬ ਨਹੀਂ ਸੀ ਜਾਂਦੀ ਆਖਰ ਫੈਸਲਾ ਹੋਇਆ ਵੀ ਸਵੇਰੇ ਪਹਿਲੀ ਗੱਡੀ ਬਿਆੰਤ ਬੇਬੇ ਨੂੰ ਲੈ ਕੇ ਚਲਾ ਜਾਏਗਾ ਉਹ ਰਾਤ ਬੇਬੇ ਨੇ ਪਾਠ ਕਰਦੇ ਆ ਬਤਾਈ ਬਿਆੰਤ ਵੀ ਪੂਰੀ ਰਾਤ ਸੌਣੀ ਸੀ ਸਕਿਆ ਚਿਪ ਚਾਬਲੇਟਿਆ ਛੱਤ ਵੱਲ ਤੱਕਦਾ ਰਿਹਾ ਸੁਖਵੰਤੋਂ ਦੇ ਨਾਲ ਹੀ ਪਈ ਸੀ ਉਸੇ ਡਬਲ ਬੈੱਡ ਤੇ ਉਹ ਹੈਰਾਨ ਸੀ ਕਿ ਉਹਦਾ ਸਾਰਾ ਜੋਸ਼ ਤੇ ਖਰਮਸਤੀਆਂ ਕਿੰਨੀਆਂ ਸ਼ਾਂਤ ਹੋ ਗਈਆਂ ਨੇ ਉਹਨੇ ਇੱਕ ਦੋ ਵਾਰੀ ਪਹਿਲ ਕਰਕੇ ਉਹਦੀ ਬਾਹ ਨੂੰ ਛੂਇਆ ਉਹਨੂੰ ਜੱਫੀ ਵਗੈਰਾ ਵੀ ਪਾਈ ਕੀ ਸੋਚ ਰਹੇ ਹੋ ਮੇਰਾ خیال ਏ ਹੁਣ ਉਹਦੀ ਜਮਾਨਤ ਵੀ ਨਹੀਂ ਹੋ ਸਕੇਗੀ ਸਰਕਾਰ ਮਨਜ਼ੂਰੀ ਨਹੀਂ ਕਰੇਗੀ ਮੈਂ ਜਾਣਦਾ ਹੋ ਸਕਦਾ ਹੈ ਸੀਆਈਡੀ ਨੇ ਸਾਡਾ ਪਤਾ ਵੀ ਉਸ ਤੋਂ ਲੈ ਲਿਆ ਹੋਵੇ ਮੇਰੀ ਸਰਵਿਸ ਖਤਰੇ 'ਚ ਪੈ ਸਕਦੀ ਏ ਬੇਬੇ ਨੂੰ ਉੱਥੇ ਨਾ ਪਹੁੰਚਾਉਣਾ ਹੁੰਦਾ ਤੇ ਮੈਂ ਉੱਥੇ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਸੀ ਕੋਸ਼ਿਸ਼ ਕਰਾਂਗਾ ਥੋੜੀ ਦੇਰ ਰੁੱਕ ਕੇ ਹੀ ਵਾਪਸ ਆ ਜਾਵਾਂ ਤੇ ਜਿਸ ਦਿਨ ਬਿਆਨ ਸਿੰਘ ਨੇ ਵਾਪਸ ਆਉਣਾ ਸੀ ਉਸੇ ਦਿਨ ਮਿਸਿਸ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ ਰਾਤ ਪੈਣ ਤੋਂ ਪਹਿਲਾਂ ਹੀ ਦਿੱਲੀ ਸ਼ਹਿਰ ਫਸਾਦਾਂ ਦੀ ਲਪੇਟ 'ਚ ਆ ਗਿਆ ਅਰਚਨਾ ਸ਼੍ਰੀ ਨਿਵਾਸ ਭੱਜੀ ਆਈ ਤੇ ਸੁਖਵੰਤ ਨੂੰ ਕਹਿਣ ਲੱਗੀ ਤੂੰ ਇੱਥੇ अकेਲੀ ਮਤ ਰਹਿੋ ਬੜਾ ਖਤਰਾ ਹੈ ਚਲੋ ਹਮਾਰੇ ਘਰ ਵਾਂ ਕੋਈ ਤੁਮਕੋ ਹੱਥ ਤੱਕ ਨਹੀਂ ਲਗਾ ਸਕਦਾ ਸੁਖਵੰਤ ਕਰਨ ਨੂੰ ਇਹ ਤਾਂ ਪਤਾ ਸੀ ਵੀ ਪੰਜਾਬ 'ਚ دہشت ਪਸੰਦਾਂ ਦੇ ਕੁਝ گروਹ ਖਾਸ-ਖਾਸ ਹਿੰਦੂਆਂ ਤੇ ਸਿੱਖਾਂ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੰਦੇ ਨੇ ਇਹ ਸਿਲਸਿਲਾ ਨਿਤ ਦਾ ਕੰਮ ਹੋ ਗਿਆ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਅਚਾਨਕ ਸਾਰੇ ਫਿਰਕੇ ਉੱਤੇ ਕਹਿਰ ਟੁੱਟ ਪਏਗਾ ਕਈ ਕਲੋਨੀਆਂ ਨੂੰ ਅੱਗ ਲਾ ਦਿੱਤੀ ਜਾਏਗੀ ਕਰਫਿਊ ਲੱਗ ਜਾਏਗਾ ਫੌਜ ਭੇਜੀ ਜਾਏਗੀ ਰਾਤ ਦੇ ਕਿਸੇ ਪਹਿਰੋ ਦੇ ਫਲੈਟ ਵਿੱਚ ਵੀ ਦੰਗਾਈ ਵੜਾਏ ਸਾਰਾ ਸਮਾਨ ਚੁੱਕ ਕੇ ਲੈ ਗਏ ਫ੍ਰਿਜ ਟੀਵੀ ਭਾਂਡੇ ਕੱਪੜਿਆਂ ਦੇ ਭਰੇ ਟਰੰਕ ਤੇ ਹੋਰ ਵੀ ਬੜਾ ਕੁਝ ਬਾਕੀ ਜੋ ਬਚਿਆ ਉਹਨੂੰ ਜਾਂਦੇ ਹੋਏ ਮਾਂਚਸ ਦੀ ਤਿੱਲੀ ਦਿਖਾ ਗਏ ਉਦੋਂ ਅਰਚਨਾ ਸ਼੍ਰੀ ਨਿਵਾਸ ਦੇ ਸਟੋਰ ਚ ਲੁਕੀ ਬੈਠੀ ਸੀ ਅਰਚਨਾ ਪਲ ਪਲ ਦੀ ਖਬਰ ਦੇ ਜਾਂਦੀ ਇਹ ਵਿਸ਼ਵਾਸ ਵੀ ਦਿਵਾਉਂਦੀ ਕਿ ਤੇਮਾਰੀ ਮੌਜੂਦਗੀ ਕੀ ਕਿਸੇ ਕੋ ਖਬਰ ਨਹੀਂ ਇਹ ਅੱਛਾ ਹੋਆ ਤੁਮ ਰਾਤ ਪਰਤੇ ਚਲੀ ਆਈ ਉਹ ਲੋਕ ਕੁਛ ਵੀ ਕਰ ਦਤੇ ਕਿਆ ਪਤਾ ਆਗ ਮੇਂ جھੋਂਕ ਦਤੇ ਸ਼੍ਰੀ ਨਿਵਾਸ ਨੇ ਕਿਹਾ ਸੀਨ ਤੋ ਹੂ ਬੂ ਵੈਸਾ ਹੈ ਜੈਸੀ ਪਾਕਿਸਤਾਨ ਬੰਨਤੇ ਵਕਤ ਦੇਖਾ ਗਿਆ ਥ ਮੈਨੇ ਉਸ ਜ਼ਮਾਨੇ ਕੀ ਹਿਸਟਰੀ ਪੜ੍ਹੀ ਹੈ ਹਿੰਦੂ ਮੁਸਲਮਾਨ ਇੱਕ ਦੂਸਰੇ ਕੋ ਗਾਦਰ ਮੂਲੀ ਕੀ ਤਰ੍ਹਾਂ ਕੱਟਤਾ ਰਹਾ ਕਿੰਨੀ ਗਾੜੀ ਏਕਦਮ ਮੁਸਾਫਰੋਂ ਸੇ ਭਰੀ ਹੋਈ ਖਤਮ ਕਰਦੀ ਸਾਰੀ ਵਾਰਡ ਮੇਂ ਤਹਿਲਕਾ ਮਚ ਗਿਆ ਥਾ ਹਮਕੋ ਮਾਲੂਮ ਹੈ ਸਾਰੀ ਰਾਤ ਸੁਖਵੰਤ ਨੇ ਇੰਨੇ ਹੰਝੂ ਵਹਾਏ ਸੀ ਕਿ ਹੁਣ ਉਹਦੀ ਅੱਖਾਂ ਚ ਪਾਣੀ ਦੀ ਬੂੰਦ ਵੀ ਬਾਕੀ ਨਹੀਂ ਸੀ ਰਹੀ ਉਹਨਾਂ ਚ ਇੱਕ ਅਜੀਬ ਜਿਹੀ ਵਹਿਸ਼ਤ ਭਰੀ ਹੋਈ ਸੀ ਉਹਨੂੰ ਘੜੀ-ਮੁੜੀ ਆਪਣੇ ਆਦਮੀ ਦਾ ਖਿਆਲ ਸਤਾ ਰਿਹਾ ਸੀ ਕਿ ਕਿਤੇ ਸੱਚਮੁੱਚ ਹੀ ਉਹ ਜਲੰਧਰ ਪਹੁੰਚਦਾ ਹੀ ਵਾਪਸ ਨਾ ਮੁੜ ਪਿਆ ਹੋਵੇ ਅਗਲੀ ਸਵੇਰ ਹੋਰ ਵਧੇਰੇ ਭਿਆਨਕ ਖਬਰਾਂ ਨਾਲ ਲੈ ਕੇ ਆਈ ਦਿੱਲੀ 'ਚ ਕਈ ਹਜ਼ਾਰ ਸਿੱਖ ਕਤਲ ਕਰ ਦਿੱਤੇ ਗਏ। ਹੋਰ ਕਈ ਸ਼ਹਿਰਾਂ ਵਿੱਚ ਵੀ ਮਾਰ ਕਾਟ ਤੇ ਸਾੜ ਫੂਕ ਦੀਆਂ ਵਾਰਦਾਤਾਂ ਹੋਈਆਂ। ਦੰਗਾ ਕਰਨ ਵਾਲਿਆਂ ਨੇ ਗੱਡੀਆਂ ਤੇ ਬੱਸਾਂ ਵਿੱਚੋਂ ਕੱਢ ਕੇ ਸਿੱਖ ਕਤਲ ਕਰ ਦਿੱਤੇ। ਉਹ ਸਟੋਰ ਦੇ ਫਰਸ਼ 'ਤੇ ਸੈਮੀ ਬੈਠੀ ਬਾਹਰਲੀ ਆਵਾਜ਼ਾਂ ਸੁਣਦੀ ਰਹੀ। ਪਾਰਕ ਦੇ ਆਸੇ-ਪਾਸੇ ਕਈ ਸਕੂਟਰ ਤੇ ਮੋਟਰਸਾਈਕਲਾਂ ਭੱਜ ੜਪੜ ਮੱਚ ਰਹੇ ਨੇ। ਅਚਾਨਕ ਸ੍ਰੀ ਨਿਵਾਸ ਦੀ ਬੇਟੀ ਕੂਕਦੀ ਹੋਈ ਅੰਦਰ ਆਈ। ਇੱਕ ਸਰਦਾਰ ਜੀ ਦੇ ਗਲੇ 'ਮੇਂ ਜਲਦਾ ਹੋਇਆ ਟਾਇਰ ਡਾਲ ਦਿਆ ਗਿਆ। ਸੁਖਵੰਤ ਚਾਨਕ ਸਟੋਰ ਦਾ ਕੁੰਡਾ ਖੋਲ ਕੇ ਬਾਹਰ ਵਾਲ ਨਸੀ ਉੱਥੇ ਪਹੁੰਚ ਕੇ ਉਹਨੇ ਦੇਖਿਆ ਬਿਨਾ ਪੱਗ ਦੇ ਖੁੱਲੇ ਹੋਏ ਕੇਸਾਂ ਵਾਲਾ ਇੱਕ ਸਿੱਖ ਗਲੇ ਚੱਗ ਦੀ ਮਾਲਾ ਪਾਈ ਇੱਧਰ ਉੱਧਰ ਨਸਤਾ ਫਿਰ ਰਿਹਾ ਉਹਦਾ ਚਿਹਰਾ ਸੜ ਰਿਹਾ ਉਹਦੇ ਕੱਪੜੇ ਅੱਗ ਫੜ ਚੁੱਕੇ ਨੇ ਲੋਕਾਂ ਦੀ ਭੀੜ ਉਹਨੂੰ ਕਿਤੇ ਟਿਕਣ ਨਹੀਂ ਦੇ ਰਹੀ ਮੇਰੇ ਆਦਮੀ ਨੂੰ ਬਚਾਓ ਮੇਰੇ ਸਰਦਾਰ ਜੀ ਨੂੰ ਬਚਾਓ ਕੂਕਦੀ ਹੋਈ ਉਹ ਛਾਲ ਮਾਰਨ ਲੱਗੀ ਸੀ ਕਿ ਅਰਚਨਾ ਤੇ ਉਹਦਾ ਪਤੀ ਉਹਨੂੰ ਘਸੀਟਦੇ ਹੋਏ ਫੌਰਨ ਅੰਦਰ ਲੈ ਗਏ ਪਾਗਲ ਹੋ ਗਈ ਹੈ ਕਿਆ ਉਹ ਤੁਹਾਡਾ ਹਸਬੰਡ ਨਹੀਂ ਹੈ ਦੇਖਾ ਨਹੀਂ ਉਹਦਾ ਕੱਦ ਕਿੰਨਾ ਛੋਟਾ ਹੈ ਤੁਹਾਡਾ ਬੁੱਲਰ ਸਾਹਿਬ ਤੋਂ ਲੰਬਾ ਔਰ ਹੈਂਡਸਮ ਹੈ ਅੱਛਾ ਹੋਇਆ ਕਿਸੇ ਨੇ ਸ਼ੋਰ ਮੇ ਤੁਹਾਡੀ ਆਵਾਜ਼ ਨਹੀਂ ਸੁਣੀ ਅਬ ਬਾਹਰ ਮਤ ਜਾਣਾ ਨਹੀਂ ਤਾਂ ਹਮਾਰੇ ਉੱਪਰ ਬੜੀ ਮੁਸੀਬਤ ਆ ਜਾਏਗੀ ਬਾਬਾ ਉਹਨਾਂ ਸਟੋਰ ਨੂੰ ਬਾਹਰੋਂ ਬੰਦ ਕਰ ਦਿੱਤਾ ਬਾਲਕਨੀ 'ਚ ਖੁੱਲਣ ਵਾਲੇ ਦਰਵਾਜ਼ੇ ਦੀ ਚਿਟਕਣੀ ਵੇੜਾ ਦਿੱਤੀ ਹਮਸੇ ਨਹੀਂ ਦੇਖਾ ਜਾਂਦਾ ਇਹ ਸਭ ਇਟਸ ਅਨਹਿਊਮਨ ਇਟਸ ਹਾਰਿਬਲ लगता है आदमी लोग पागल हो गया बिल्कुल जंगली का मौफिक। जब हम आज़ाद हुआ था लाखों लोगों की जान ऐसी गया था पहले इंडिया पाकिस्तान फिर पैंसठ की बार उसके बाद बांग्लादेश अब पंजाब का नया स्ट्रगल और भी तो कई बलबे हुए रोज ही कहीं ना कहीं पर झगड़ा फसाद होता है हाय तृप्ति बाबा हमको शांति कब मिलेगा देखो अर्चना तुमने हिस्ट्री नहीं पढ़ा जब धरती पर इंसान आया ਉਸੀ ਸਮੇਂ ਸੇ ਉਸਨੇ ਲੜਨਾ ਵੀ ਸਿੱਖਿਆ ਸਭ ਤੋਂ ਪਹਿਲੇ ਦੂਸਰੇ ਕੇ ਹੱਥ ਸੇ ਨਿਵਾਲਾ ਛੀਨਣਾ ਉਹ ਅਭੀ ਤੱਕ ਨਿਵਾਲਾ ਹੀ ਛੀਨ ਝਪਟ ਰਹਾ ਹੈ ਚਾਹੇ ਉਸਕਾ ਨਾਮ ਬਦਲ ਗਿਆ ਧਰਮ ਜ਼ਮੀਨ ਆਈਡੀਓਲੋਜੀ ਰੰਗ ਭੇਦ ਇਹ ਸਭ ਬਹਾਨਾ ਹੈ ਵਹੀ ਰੋਟੀ ਕਾ ਟੁਕੜਾ ਛੀਨਨੇ ਕ ਗੋਡਿਆਂ ਤੇ ਸਿਰ ਤੇ ਸਿਰ ਤੇ ਦੋਵੇਂ ਹੱਥ ਰੱਖੀ ਬੈਠੀ ਸੁਖਵੰਤ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ ਜਿੰਨੇ ਆਦਮੀ ਹੁਣ ਤੱਕ ਮਾਰੇ ਜਾ ਚੁੱਕੇ ਨੇ ਕਿ ਉਹਨਾਂ ਚ ਉਹਦੇ ਆਦਮੀ ਵਾਂਗ ਟੁੱਟ ਕੇ ਪਿਆਰ ਕਰਨ ਵਾਲਾ ਵੀ ਕੋਈ ਹੋਏਗਾ ਉਹ ਉਸ ਲਈ ਕਿੰਨਾ ਭੁੱਖਾ ਤੇ دیਵਾਨਾ ਹੈ ਜਿੱਚ ਹੋ ਕੇ ਉਹਨੂੰ ਪਰਾਂ ਧੱਕ ਦਿੰਦੀ ਸੀ ਕਦੀ ਕਦੀ ਤਾਂ ਚੱਕ ਵੀ ਵੱਡ ਖਾਂਦੀ ਪਰ ਉਹ ਤਦ ਵੀ ਬਾਜ਼ ਨਹੀਂ ਸੀ ਆਉਂਦਾ ਹੁੰਦਾ ਉਹ ਹੁਣ ਠਿਕਾਇਆ ਕਿਉਂ ਨਹੀਂ ਪਹਿਲੇ ਦਿਨ ਦੀ ਹੀ ਉਹਦੇ ਮਨ 'ਚ ਇਹ ਗੱਲ ਰੜਕ ਰਹੀ ਹੈ ਉਹ ਹੁਣ ਜਿਉਂਦਾ ਨਹੀਂ ਹੈ ਉਹੀ ਸੀ ਜਿਹੜਾ ਗਲੇ 'ਚ ਅੱਗ ਦੀ ਮਾਲਾ ਲਟਕਾਈ ਬੇਤਹਾਸ਼ਾ ਨਸਿਆ ਫਿਰਦਾ ਸੀ ਅਰਜਨਾ ਨੇ ਝੂਟ ਗਿਆ ਸੀ ਉਹ ਕੋਈ ਹੋਰ ਹੈ ਮੈਂ ਉਹਨੂੰ ਕਿਉਂ ਨਹੀਂ ਬਚਾ ਸਕੀ ਇਹ ਦੁੱਖ ਜ਼ਿੰਦਗੀ ਭਰ ਮੇਰਾ ਖਹਿੜਾ ਨਹੀਂ ਛੱਡੇਗਾ ਅੱਜ ਤੀਜਾ ਦਿਨ ਹੈ ਹੁਣ ਤਾਂ ਸਾਰੀਆਂ ਖਬਰਾਂ ਵੀ ਪੁਰਾਣੀਆਂ ਹੋ ਗਈਆਂ ਨੇ ਜੋ ਹੋਣਾ ਸੀ ਹੋ ਚੁੱਕਾ ਹੈ ਹੁਣ ਤਾਂ ਥਾਂ ਥਾਂ ਮਨ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਜਲੂਸ ਨਿਕਲ ਰਹੇ ਨੇ ਨਾਰੇ ਗੂੰਜ ਰਹੇ ਨੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਲੋਕ ਐ ਭਾਈ ਭਾਈ ਸਹਾਇਤਾ ਕੈਂਪ ਖੋਲ ਦਿੱਤੇ ਗਏ ਨੇ ਲੋਕ ਆਪੋ ਆਪਣੇ ਘਰੀਂ ਪਰਤ ਰਹੇ ਨੇ ਅੱਜ ਸੁਖਵੰਤ ਵੀ ਗਵਾਂਡੀਆਂ ਦਾ ਫਲੈਟ ਛੱਡ ਕੇ ਆਪਣੇ ਫਲੈਟ ਵੱਲ ਵਾਪਸ ਆ ਰਹੀ ਐ ਇਹ ਦੇਖਣ ਲਈ ਕਿ ਕੀ ਕੁਝ ਲੁੱਟਿਆ ਗਿਆ ਤੇ ਬਾਕੀ ਕੀ ਕੁਝ ਬਚਿਆ ਬਾਹਰਲਾ ਦਰਵਾਜ਼ਾ ਮੂੰਹ ਅੱਡੀ ਖੜਾ ਉਹਨੂੰ ਦੇਖ ਰਿਹਾ ਉਨੇ ਡਰਦਿਆਂ ਡਰਦਿਆਂ ਅੰਦਰ ਪੈਰ ਰੱਖਿਆ ਪਿਚਕੀਆਂ ਹੋਈਆਂ ਬਾਲਟੀਆਂ ਤੇ ਟੱਬ ਕੜਾਈਆਂ ਤੇ ਜਗ ਇੱਕ ਪੁਰਾਣੇ ਬੂਟ ਚੋਂ ਝਾਕਦਾ ਹੋਇਆ ਇੱਕ ਚਮਚ ਰਬੜ ਪਲਾਂਟ ਮਾਰਨਿੰਗ ਚਲੋਰੀ ਦੇ 28 ਕਪੇਚਾ ਪਰਚੂਲੇਟਾ ਤਿੱਕਲਡਮ ਦੇ ਸਫੈਦ ਗੁਲਾਬ ਦੇ ਟੁੱਟੇ ਹੋਏ ਗਮਲੇ ਤੇ ਤੇਜ਼ ਹਵਾ ਦੇ ਨਾਲ ਨਾਲ ਵਰਕਾ ਵਰਕਾ ਹੋ ਗਏ ਗੈਲਰੀ 'ਚ ਜਗਾ ਜਗਾ ਉੱਡਦੇ ਫਿਰਦੇ ਪੁਰਾਣੇ ਅਖਬਾਰਾਂ ਨੇ ਉਹਦਾ ਸਵਾਗਤ ਕੀਤਾ ਜਿਸ ਰੈਕ 'ਚ ਉਹਦੀ ਪਸੰਦੀਆਂ ਕਿਤਾਬਾਂ ਸਜੀਆਂ ਸੀ ਉਹ ਫਰਸ਼ ਤੇ ਉਲਟਿਆ ਪਿਆ ਸੀ A Tale of Two Cities, Doctor Zhivago, Gorky, Chakhav, ਝੂਠਾ ਸੱਚ, ਹੀਰ ਵਾਰਿਸ शाह, Paradise Lost ਸਾਰੀਆਂ ਕਿਤਾਬਾਂ ਇੱਧਰ ਉੱਧਰ ਖਿਲਰ ਰਹੀਆਂ ਪਈਆਂ ਨੇ ਜਿਵੇਂ ਕੋਈ ਬੜੀ ਬੇਰਹਿਮੀ ਨਾਲ ਉਹਨਾਂ ਨੂੰ ਪੈਰਾਂ ਹੇਠ ਮਿੱਧ ਦਾ ਕੁਚਲਦਾ ਰਿਹਾ ਹੋਵੇ ਉਹ ਕਿਸੇ ਚੀਜ਼ ਨੂੰ ਵੀ ਨਹੀਂ ਛੂਹ ਰਹੀ ਕਿਸੇ ਨੂੰ ਉਲਟ-ਪੁਲਟ ਕੇ ਨਹੀਂ ਦੇਖ ਰਹੀ ਜਿਵੇਂ ਇੰਜ ਕਰਨ ਦੀ ਹਰ ਖਾਹਿਸ਼ ਮਰ ਚੁੱਕੀ ਹੋਵੇ ਉਹ ਸਿਰਫ ਦੇਖ ਰਹੀ ਹੈ ਬਿਲਕੁਲ ਗਵਾਚੀ ਜਈ ਹੌਲੀ ਹੌਲੀ ਕਦਮ ਪੁੱਟਦੀ ਦੂਜੇ ਕਮਰੇ ਚ ਜਾ ਖੜੀ ਹੋਈ ਹਾਂ ਇਹ ਸਾਡਾ ਡਰਾਇੰਗ ਰੂਮ ਹੀ ਤਾਂ ਸੀ ਛੋਟਾ ਜਿਹਾ ਖੂਬਸੂਰਤ ਕਾਲੀ ਨੇ ਮੇਰੀ ਮਾਸੀ ਕੈਨੇਡਾ ਤੋਂ ਲੈ ਕੇ ਆਈ ਸੀ ਸੋਫਾ ਡਾਈਨਿੰਗ ਟੇਬਲ ਕੁਰਸੀਆਂ ਤੇ ਸ਼ੋਕ ਕੇਸ ਮੇਰੇ ਭਰਾਵਾਂ ਨੇ ਮਿਲ ਕੇ ਤੋਹਫੇ ਵਜੋਂ ਦਿੱਤੇ ਸੀ ਤੇ ਨਰਮ ਨਰਮ ਗੱਦਿਆਂ ਵਾਲਾ ਦੀਵਾਨ ਜਿਸ ਉੱਤੇ ਬੈਠ ਕੇ ਬੀਜੀ ਸਵੇਰੇ ਸ਼ਾਮ ਪਾਠ ਕਰਦੇ ਹੁੰਦੇ ਸਨ ਤੇ ਸੌਂ ਵੀ ਜਾਂਦੇ ਸੀ ਕੌਣ ਲੈ ਗਿਆ ਉਹ ਸਭ ਕੁਝ ਫਰਸ਼ ਉਤੇ ਬੁੱਧ ਦੀ ਮੂਰਤੀ ਡਿੱਗੀ ਪਈ ਹੈ ਸਿਰ ਅਲੱਗ ਢਾੜਾ ਲੱਗ ਅਹਿੰਸਾ ਪਰਮੋ ਧਰਮਾਂ ਦੇ ਖਿਲਾਫ ਜਿਵੇਂ ਦੂਜੀ ਵੱਡੀ ਜੰਗ ਇਸ ਕਮਰੇ ਚ ਲੜੀ ਗਈ ਹੋਵੇ ਬੁੱਧ ਨੂੰ ਕਈ ਸਦੀਆਂ ਬਾਅਦ ਫੇਰ ਆਪਣਾ ਗਵਾਚਿਆ ਹੋਇਆ ਵਕਾਰ ਪ੍ਰਾਪਤ ਹੋਣ ਲੱਗ ਪਿਆ ਸੀ ਪਰ ਬੁੱਧ ਇੱਥੇ ਕਦੇ ਨਹੀਂ ਆਏਗਾ ਕੁਝ ਸਦੀਆਂ ਪਹਿਲਾਂ ਵੀ ਉਹਦੀਆਂ ਮੂਰਤੀਆਂ ਨੂੰ ਤੈਸ ਨੈਸ ਕਰਕੇ ਉਹਨੂੰ ਇਸੇ ਦੇਸ਼ ਚ ਜਲੀਲ ਕੀਤਾ ਗਿਆ ਸੀ ਅਚਾਨਕ ਉਹਦੀ ਨਿਗਾਹ ਕੰਧ ਤੇ ਲਟਕ ਰਹੀ ਇੱਕ ਫੋਟੋ ਤੇ ਜਾ ਪਈ ਉਸ ਕਾਲ ਨਾ ਲੱਗੇ ਵੱਧ ਕੇ ਉਹਨੂੰ ਸਿੱਧੀ ਕੀਤਾ ਗੌਰ ਨਾਲ ਦੇਖਣ ਲੱਗ ਪਈ ਉਹ ਦੋਵੇਂ ਚਿਹਰੇ ਕਿੰਨੇ ਜਾਣੇ ਪਛਾਣੇ ਲੱਗ ਰਹੇ ਨੇ ਖੁਸ਼ ਤੇ ਸੰਤੁਸ਼ਟ ਇੱਕ ਦੂਜੇ ਦੀਆਂ ਅੱਖਾਂ ਚ ਅੱਖਾਂ ਪਾ ਕੇ ਮੁਸਕਰਾਉਂਦੇ ਹੋਏ ਸੋਹਣਿਓ ਤੱਕੋਂਗੇ ਕਿ ਮਾਰੀ ਛੱਡੋ ਆਪਣੇ ਪਿੱਛੇ ਕਾਹਟ ਸੁਣ ਕੇ ਉਹਨੂੰ ਯਾਦ ਆ ਜਾਂਦਾ ਕਿ ਅਰਚਨਾ ਨੇ ਕਿਹਾ ਸੀ ਤੂੰ ਚਲੋ ਮੈਂ ਪਿੱਛੇ ਪਿੱਛੇ ਆਉਂਦੀ ਹਾਂ ਦੋਨੋਂ ਮਿਲ ਕੇ ਝਾੜੂ ਲਗਾएंगे ਘਰ ਕੋ ਫਿਰ ਸੇ ਚਮਕਾ ਦੇਂਗੇ ਸੁਖਵੰਤ ਫੋਟੋ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਅਰਚਨਾ ਦੇਖ ਤਾਂ ਮੇਰੇ ਸਰਦਾਰ ਜੀ ਮੇਰੀ ਤਰਫ ਕਿੰਨੀ ਮੁਹੱਬਤ ਨਾਲ ਦੇਖ ਰਹੇ ਨੇ ਪਰ ਉਧਰੋਂ ਕੋਈ ਜਵਾਬ ਨਾ ਮਿਲਣ ਤੇ ਗਰਦਨ ਪੁਆ ਕੇ ਦੇਖਦੀ ਹੈ ਤੇ ਹੱਕੀ ਬੱਕੀ ਰਹਿ ਜਾਂਦੀ ਹੈ ਇਹ ਤਾਂ ਕੋਈ ਹੋਰ ਹੀ ਹੈ ਅਰਚਨਾ ਨੇ ਕਿਹਨੂੰ ਭੇਜ ਦਿੱਤਾ ਇੱਕ ਲੰਮਾ ਚਮਾ ਕਲੀਨ ਸ਼ੇਵਡ ਭਰੇ ਪੂਰੇ ਜਿਸਮ ਦਾ ਨੌਜਵਾਨ ਉਹ ਇੰਜ ਚੁੱਪ ਕਿਉਂ ਖੜਾ ਹੈ ਇੰਨੀ ਖਾਮੋਸ਼ੀ ਨਾਲ ਉਸ ਵੱਲ ਕਿਉਂ ਦੇਖ ਰਿਹਾ ਹੈ ਜਿਸ ਦਿਨ ਬਿਆਨ ਸਿੰਘ ਭੁੱਲਰ ਜਲੰਧਰ ਗਿਆ ਸੀ ਉਹ ਵੀ ਇਸ ਤਰ੍ਹਾਂ ਖਾਮੋਸ਼ ਸੀ ਕਿ ਦੋ ਆਦਮੀਆਂ ਦੀ ਖਾਮੋਸ਼ੀ ਕੁਝ ਹੀ ਹੋ ਸਕਦੀ ਹੈ ਉਹਦੀਆਂ ਦੋਵੇਂ ਬਾਹਾਂ ਉੱਤੇ ਪੱਟੀਆਂ ਵੱਜੀਆਂ ਨੇ ਇੱਕ ਬਾਹ ਗਲੇ 'ਚ ਲਟਕਾਈ ਵੰਗਣੇ 'ਚ ਝੂਲ ਰਹੀ ਹੈ। ਉਹਨੂੰ ਘੂਰਦੀ ਹੋਈ ਉਸ ਵੱਲ ਵੱਦੀ ਐਨ ਉਹਦੇ ਸਾਹਮਣੇ ਜਾ ਖੜੀ ਹੁੰਦੀ ਹੈ। ਉਹਦੀਆਂ ਗੱਲਾਂ 'ਚ ਪੈਂਦੇ ਟੋਇਆਂ ਨੂੰ ਦੇਖਦੀ ਅਚਾਨਕ ਰੁੱਕ ਕੇ ਪੁੱਛਦੀ ਹੈ, "ਇਹ ਸਭ ਕੀ ਹੋ ਗਿਆ? ਤੁਸੀਂ ਇੰਜ ਕਿਉਂ ਕੀਤਾ?" ਉਹ ਬੜੀ ਔਖ ਜਿਹੀ ਨਾਲ ਆਪਣੀਆਂ ਪੱਟੀਆਂ 'ਚ ਜਕੜੀ ਹੋਈ ਬਾਹ ਨੂੰ ਉੱਤੇ ਚੁੱਕਦਾ। ਹੱਥੋ ਦੇ ਮੋਢੇ 'ਤੇ ਰੱਖ ਦਿੰਦਾ। "ਹੋਰ ਕੋਈ ਚਾਰਾ ਵੀ ਨਹੀਂ ਸੀ ਬਲੀਏ। ਤੇਰੀ ਖੈਰ-ਖਬਰ ਪਤਾ ਕਰਨ ਲਈ ਜਿਉਂਦੇ ਰਹਿ ਗਏ। ਬਸ ਇਹ ਬੜੀ ਕਿਰਪਾ ਮੰਨ ਵਾਹਿਗੁਰੂ ਦੀ।" ਪਰ ਉਹਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਇਹਨਾਂ ਬਾਹਾਂ 'ਚੋਂ ਗਰਮੀ ਕਿਉਂ ਨਹੀਂ ਪਹਿਲਾਂ ਵਾਲਾ ਜੋਸ਼ ਕਿੱਥੇ ਗਿਆ ਉਹਨੂੰ ਠੀਕ ਤਰ੍ਹਾਂ ਪਛਾਨਣ ਲਈ ਉਹ ਫੇਰ ਸਿਰ ਚੁੱਕ ਕੇ ਵੇਖਦੀ ਹੈ ਸਿੱਧੀ ਉਹਦੀਆਂ ਅੱਖਾਂ ਵਿੱਚ ਤੇ ਫੇਰ ਉਹਨੂੰ ਜੱਫੀ ਪਾ ਕੇ ਰੋਣ ਲੱਗ ਪੈਂਦੀ ਹੈ ਧੰਨਵਾਦ